ਹਾਂ ਸਤਿ ਸ਼੍ਰੀ ਅਕਾਲ ਜੀ, ਮੈਂ ਦਲਜੀਤ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ। ਯਾਰੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੋ ਸਮਾਜ ਸੇਵਕ ਜਿਨ੍ਹਾਂ ਦਾ ਨਾਮ ਹੈ ਪੀਪੀ ਗੋਲਡੀ ਤੇ ਪੀਪੀ ਪੁਨੀਤ ਸਿੰਘ, ਇਹਨਾਂ ਸਮਾਜ ਸੇਵੀਆਂ ਦਾ ਮੁੱਦਾ ਬਹੁਤ ਹੀ ਜ਼ਿਆਦਾ ਭਰਕਿਆ ਹੋਇਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਸਮਾਜ ਸੇਵੀ ਗਰੀਬਾਂ ਦੀ ਬਹੁਤ ਹੀ ਜ਼ਿਆਦਾ ਹੈਲਪ ਕਰਦੇ ਨੇ, ਇਹਨਾਂ ਨੂੰ ਪੈਸਾ NRI ਭਰਾ ਭੇਜਦੇ ਨੇ ਤੇ ਇਹ ਉਹ ਪੈਸਾ ਗਰੀਬਾਂ ਵਿੱਚ ਜਾ ਵੰਡਦੇ ਨੇ, ਉਹਨਾਂ ਦੀ ਹੈਲਪ ਕਰਦੇ ਨੇ, ਉਹਨਾਂ ਦਾ ਇਲਾਜ ਕਰਵਾਉਂਦੇ ਨੇ, ਉਹਨਾਂ ਦਾ ਘਰ ਬਣਾ ਕੇ ਦਿੰਦੇ ਨੇ। ਪਰ ਕੁਝ ਲੋਕਾਂ ਵੱਲੋਂ ਇਹਨਾਂ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਬਾਹਰੋਂ ਆ ਰਿਹਾ ਪੈਸਾ ਖਾਂਦੇ ਨੇ। ਸੋ ਅਜਿਹੇ ਵਿੱਚ ਪੀਪੀ ਗੋਲਡੀ, ਪੀਪੀ ਪੁਨੀਤ ਕਈ ਪ੍ਰੂਫ ਵੀ ਦੇ ਚੁੱਕੇ ਨੇ ਤੇ ਕਈਆਂ ਨਾਲ ਬਹਿਸ ਵੀ ਕਰ ਚੁੱਕੇ ਨੇ। ਪੀਪੀ ਗੋਲਡੀ ਤੇ ਪੀਪੀ ਪੁਨੀਤ ਦਾ ਕਹਿਣਾ ਹੈ ਕਿ ਆਪਾਂ ਕੋਈ ਵੀ ਬਾਹਰੋਂ ਆ ਰਿਹਾ ਪੈਸਾ ਨਹੀਂ ਖਾਂਦੇ, ਸਾਡੇ ਕੋਲੋਂ ਜਿਹੜਾ ਮਰਜ਼ੀ ਪ੍ਰੂਫ ਲੈ ਲਓ। ਪਰ ਫਿਰ ਵੀ ਕੁਝ ਲੋਕ ਉਹਨਾਂ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ। ਸੋ ਜੇ ਆਪਾਂ ਅੱਜ ਦੀ ਵੀਡੀਓ ਦੀ ਗੱਲ ਕਰੀਏ ਤਾਂ ਸਿੱਧੂ ਮੂਸੇ ਵਾਲੇ ਨੇ ਵੀ ਕਰ ਦਿੱਤੀ ਹੈ ਪੀਪੀ ਗੋਲਡੀ ਤੇ ਪੀਪੀ ਪੁਨੀਤ ਦੀ ਸਪੋਰਟ। ਜੀ ਹਾਂ ਮਿੱਤਰੋ, ਸਿੱਧੂ ਮੂਸੇ ਵਾਲੇ ਨੇ ਇੰਸਟਾ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ, ਇਸ ਦੁਨੀਆ ਤੇ ਕੁਝ ਲੋਕ ਅਜਿਹੇ ਨੇ ਉਸਤਾਦ ਜੋ ਤੁਹਾਨੂੰ ਚੰਗਾ ਕੰਮ ਕਰਦੇ ਦੇਖ ਨਹੀਂ ਸਕਦੇ, ਸਾਡੀਆਂ ਵੀ ਲੱਤਾਂ ਖਿੱਚਣ ਵਾਲੇ ਬਹੁਤ ਲੋਕ ਨੇ ਪਰ ਆਪਾਂ ਦਬਣਾ ਨਹੀਂ। ਪੀਪੀ ਗੋਲਡੀ ਅਤੇ ਪੀਪੀ ਪੁਨੀਤ ਵੀਰੇ, ਤੁਸੀਂ ਰੱਬ ਦਾ ਨਾਮ ਲੈ ਕੇ ਲੋਕਾਂ ਦੀ ਸੇਵਾ ਕਰੀ ਜਾਵੋ, ਹੇਟਰਾਂ ਦਾ ਤਾਂ ਕੰਮ ਹੀ ਹੁੰਦਾ ਹੈ ਬੋਲਣਾ, ਰੱਬ ਮਿਹਰ ਕਰੇ। ਸੋ ਮਿੱਤਰੋ, ਇਹ ਸੀ ਉਹ ਪੋਸਟ ਜੋ ਸਿੱਧੂ ਮੂਸੇ ਵਾਲੇ ਨੇ ਇੰਸਟਾ ਤੇ ਸਾਂਝੀ ਕੀਤੀ ਗਈ। ਸੋ ਮਿੱਤਰੋ, ਫਿਲਹਾਲ ਤਾਂ ਇਹ ਪੋਸਟ ਸਿੱਧੂ ਮੂਸੇ ਵਾਲੇ ਦੇ ਇੰਸਟਾ ਪੇਜ ਤੇ ਨਹੀਂ ਦਿਖਾਈ ਦਿੱਤੀ ਜਾ ਰਹੀ। ਹੁਣ ਇਹ ਪੋਸਟ ਫੇਕ ਹੈ ਜਾਂ ਫਿਰ ਸਿੱਧੂ ਮੂਸੇ ਵਾਲੇ ਨੇ ਇਹ ਪੋਸਟ ਡਿਲੀਟ ਕਰ ਦਿੱਤੀ, ਇਸ ਬਾਰੇ ਸਾਡਾ ਚੈਨਲ ਕੋਈ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਫੋਟੋ ਸੀ। ਸੋ ਮਿੱਤਰੋ, ਤੁਹਾਡੇ ਕੀ ਵਿਚਾਰ ਨੇ? ਕੀ ਤੁਹਾਡੇ ਅਕੋਰਡਿੰਗ ਪੀਪੀ ਗੋਲਡੀ ਤੇ ਪੀਪੀ ਪੁਨੀਤ ਸਹੀ ਨੇ ਜਾਂ ਫਿਰ ਉਹ ਗਲਤ ਨੇ? ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਿੱਧੂ ਮੂਸੇ ਵਾਲੇ ਦੀ ਇਸ ਸਪੋਰਟ ਵੱਲੋਂ ਵੀ ਸਿੱਧੂ ਮੂਸੇ ਵਾਲੇ ਲਈ ਵੀ ਵਧੀਆ ਵਧੀਆ ਕਮੈਂਟ ਕਰਨਾ ਨਾ ਭੁੱਲਣਾ। ਸੋ ਹੁਣ ਦੇ ਲਈ ਇੰਨਾ ਹੀ, ਜਲਦੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ। ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ।